ਬਠਿੰਡਾ ਵਿਖੇ ਲੰਘੇ ਹਫ਼ਤੇ ਅਣਪਛਾਤੇ ਦੇ ਦੋਸ਼ੀਆਂ ਵੱਲੋਂ 3 ਕਤਲ ਕੀਤੇ ਗਏ ਸਨ ਜਿਨ੍ਹਾਂ ਨੂੰ ਸੁਲਝਾਉਂਦਿਆਂ ਥਾਣਾ GRP ਵੱਲੋਂ 1 ਕਤਲ ਦੇ ਦੋਸ਼ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। GRP ਦੇ ਇੰਚਾਰਜ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਰੇਲਵੇ ਸਟੇਸ਼ਨ ਕੋਲ ਅਣਪਛਾਤੇ ਲੋਕਾਂ ਨੇ 1 ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ ਸੀ। ਇਸ ਗੁੱਥੀ ਨੂੰ ਸੁਲਝਾਉਂਦਿਆਂ ਉਹਨਾਂ ਵੱਲੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਉਹਨਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹਨਾਂ ਨੇ ਇਹ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਸੀ ਅਤੇ ਇੱਕ ਹੋਰ ਸਾਧੂ ਦਾ ਵੀ ਉਹਨਾਂ 5 ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਸੀ ਜਿਸ ਦੀ ਲਾਸ਼ ਨੂੰ ਜਲਾ ਦਿੱਤਾ ਗਿਆ ਸੀ। ਆਪਣਾ ਕੀ ਨਾਮ ਹੈ ਛੋਟਾ ਜੀ? ਮੈਂ ਤਾਂ ਦੇਖੋ ਜੀ, ਸਾਡੇ ਅਫਸਰਾਂ ਵੱਲੋਂ ਹੁਕਮ ਹੈ, ਅਸੀਂ ਕੋਈ ਮੀਡੀਆ ਨੂੰ ਬਾਈਟ ਵਗੈਰਾ ਨਹੀਂ ਦਿੰਦੇ। ਨਹੀਂ, ਤੁਸੀਂ ਲੈ ਕੇ ਆਏ ਹੋਗੇ ਜੀ ਇਹਨਾਂ ਦਾ ਕਰਨਾ ਹੈ ਜੀ, ਇਹਨਾਂ ਨੂੰ ਗ੍ਰਿਫਤਾਰ ਕੀਤੇ ਨੇ 302 ਦੇ ਮੁਕਦਮੇ 'ਚ। ਇਹ ਸੋਨਪਾਲ ਅਤੇ ਦੀਪਕ ਉਰਫ ਚੋਚੀ, ਅਸੀਂ ਅਰੈਸਟ ਪਾਏ ਆ 302 'ਚ। ਇਹਨਾਂ ਨੇ ਮਰਡਰ ਕੀਤਾ ਸੀ ਪਲੇਟੀ 'ਤੇ ਇੱਕ ਬੰਦੇ ਦਾ, ਅਤੇ ਇੱਕ ਮਰਡਰ ਹੋਰ ਮੰਨੇ ਨੇ ਅਤੇ ਹੋਰ ਛੋਟੀਆਂ ਮੋਟੀਆਂ ਵਾਰਦਾਤਾਂ ਮੰਨੇ ਨੇ। ਇਹਨਾਂ ਨੂੰ ਅਸੀਂ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲਿਆ, ਬਾਕੀ ਤਫਤੀਸ਼ ਜਾਰੀ ਹੈ। ਉਸ ਏਰੀਏ 'ਚ 3 ਕਤਲ ਹੋ ਗਏ ਸੀ, 3 ਮੰਨ ਗਏ ਜੀ? ਹਾਂਜੀ ਹਾਂ, 2 ਕਤਲ ਮੰਨੇ ਨੇ। ਕਿਹੜੇ ਕਿਹੜੇ ਮੰਨੇ ਨੇ ਜੀ? ਕਿਹੜੇ ਕਿਹੜੇ ਮੰਨੇ? ਇੱਕ ਪਲੇਟੀ ਦੇ ਹੋਇਆ ਸੀ ਕਤਲ 6-7 ਦੀ ਰਾਤ ਨੂੰ। 3 ਤਰੀਕ ਨੂੰ ਇੱਕ ਰੇਲਵੇ ਗਰਾਊਂਡ ਵਿੱਚ ਮਰਡਰ ਹੋਇਆ ਸੀਗਾ, ਅੱਗ ਲਾ ਕੇ ਸਾੜਤਾ ਸੀ ਬੰਦਾ ਇਹਨਾਂ ਨੇ, ਉਹ ਵੀ ਮੰਨ ਗਏ ਨੇ ਇਹ। ਬਾਕੀ ਹੋਰ ਵੀ ਵਾਰਦਾਤਾਂ ਮੰਨ ਰਹੇ ਨੇ, ਬਾਕੀ ਜ਼ਿਲ੍ਹਾ ਪੁਲਿਸ ਵੱਲੋਂ ਇਹ ਤਫਤੀਸ਼ ਕੀਤੀ ਜਾਊਗੀ ਬਾਕੀ ਵਾਰਦਾਤਾਂ ਦੀ। ਸਾਡੇ GRP ਦਾ ਜਿਹੜਾ ਮੁਕੱਦਮਾ ਸੀਗਾ ਉਹ ਅਸੀਂ ਟ੍ਰੇਸ ਆਊਟ ਕਰ ਲਿਆ। ਕਿੰਨੇ ਬੰਦੇ ਆ ਜੀ? ਇਹ ਸਾਡੇ ਕੇਸ 'ਚ 2 ਬੰਦੇ ਨੇ ਅਤੇ ਬਾਕੀ ਇਹ ਇਹਨਾਂ ਦਾ 5-6 ਬੰਦੇ ਦਾ ਗੈਂਗ ਹੈ। ਹੁਣ ਅਰੈਸਟ ਕਿੰਨੇ ਕੀਤੇ ਗਏ ਜੀ? ਅਸੀਂ ਆਪਣੇ ਕੇਸ 2 ਅਰੈਸਟ ਕੀਤੇ ਨੇ ਜੀ, ਰੇਲਵੇ ਦੇ ਕੇਸ 'ਚ 2 ਕਰ ਲਏ। ਹੁਣ ਕੋਈ ਰਿਮਾਂਡ ਲੈ ਕੇ ਆਏਗਾ ਜੀ? ਹਾਂਜੀ ਹਾਂ, 3 ਦਿਨ ਦਾ ਪੁਲਿਸ ਰਿਮਾਂਡ ਲਿਆ। ਥੈਂਕ ਯੂ ਜੀ, ਥੈਂਕ ਯੂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।